ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਅਤੇ ਦੋਸਤ ਸਤਿੰਦਰ ਸਿੰਘ ਮੀਰਥਲ, ਅਤੇ ਆਪਣਾ ਵਿਰਸਾ ਦੇਖਣ ਵਾਲੇ ਦੇਸ਼ ਅਤੇ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਪਿਆਰੇ ਪ੍ਰੋਗਰਾਮ ਗੁੱਡ ਮਾਰਨਿੰਗ ਆਪਣਾ ਵਿਰਸਾ ਦੇ ਵਿੱਚ। ਜੀ ਹਾਂ, ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਅਖਬਾਰਾਂ ਦੀਆਂ ਉਹਨਾਂ ਤਾਜ਼ੀਆਂ ਖਬਰਾਂ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜਿਨ੍ਹਾਂ ਨੂੰ ਪੜ੍ਹਨ ਅਤੇ ਸੁਣਨ ਦੇ ਲਈ ਤੁਸੀਂ ਉਤਾਵਲੇ ਰਹਿੰਦੇ ਹੋ। ਅਤੇ ਜੀ ਹਾਂ, ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਅਖਬਾਰ ਜੱਗ ਬਾਣੀ ਅਖਬਾਰ ਤੋਂ। ਜੀ ਹਾਂ, ਜੱਗ ਬਾਣੀ ਅਖਬਾਰ ਨੇ ਪਹਿਲੀ ਖਬਰ ਜਿਹੜੀ ਆਪਣੇ ਪਹਿਲੇ ਸਫ਼ੇ ਦੇ ਉੱਪਰ ਛਾਪੀ ਹੈ ਉਹ ਵਾਕਈ ਹੀ ਬੜੀ ਹੈਰਾਨ ਕਰ ਦੇਣ ਵਾਲੀ ਖਬਰ ਹੈ। ਪਹਿਲੀ ਖਬਰ ਕੀ ਹੈ, ਮੈਂ ਉਹਦੀ ਹੈੱਡਲਾਈਨ ਤੁਹਾਡੇ ਨਾਲ ਸਾਂਝੇ ਕਰਦਾ ਜਾਵਾਂ। ਭਾਜਪਾ ਮੰਤਰੀ ਦੀ ਕਥਿਤ ਸੀਡੀ 'ਤੇ ਹੰਗਾਮਾ। ਜੀ ਹਾਂ, ਭਾਜਪਾ ਮੰਤਰੀ ਦੀ ਇੱਕ ਅਜਿਹੀ ਕਥਿਤ ਸੀਡੀ ਜਿਹੜੀ ਹੈ ਸਾਹਮਣੇ ਆਈ, ਜਿੱਥੇ ਕਿ ਭਾਜਪਾ ਪਾਰਟੀ ਦੇ ਵਿੱਚ ਬੜਾ ਹੰਗਾਮਾ ਹੋ ਗਿਆ ਹੈ। ਭਾਜਪਾ ਪਾਰਟੀ ਨਹੀਂ ਬਲਕਿ ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜੀ ਹੈ ਇਹ ਗੱਲ ਅੱਗ ਦੀ ਤਰ੍ਹਾਂ ਫੈਲ ਗਈ ਹੈ। ਕੀ ਖਬਰ ਹੈ, ਮੈਂ ਤੁਹਾਡੇ ਨਾਲ ਸਾਂਝਾ ਕਰਦਾ ਜਾਵਾਂ। ਛੱਤੀਸਗੜ੍ਹ ਦੇ ਭਾਜਪਾ ਮੰਤਰੀ ਦੀ ਕਥਿਤ ਸੀਡੀ 'ਤੇ ਹੰਗਾਮਾ ਖੜ੍ਹਾ ਹੋ ਗਿਆ ਹੈ। ਉੱਥੇ ਹੀ ਇਸ ਸੰਬੰਧੀ ਸੀਨੀਅਰ ਪੱਤਰਕਾਰ ਵਿਨੋਦ ਵਰਮਾ ਨੂੰ ਪੁਲਿਸ ਨੇ ਬਲੈਕਮੇਲ ਅਤੇ ਉਗਰਾਹੀ ਦੇ ਦੋਸ਼ 'ਚ ਤੜਕੇ ਉਹਨਾਂ ਦੇ ਨਿਵਾਸ ਤੋਂ ਗ੍ਰਿਫਤਾਰ ਕਰ ਲਿਆ ਹੈ। ਜੀ ਹਾਂ, ਵਿਨੋਦ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੈਂ ਦੱਸ ਦੇਵਾਂ, ਵਿਨੋਦ ਵਰਮਾ BBC ਨਿਊਜ਼ ਦੇ ਵਰਿਸ਼ਠ ਪੱਤਰਕਾਰ ਨੇ ਔਰ ਉਹਨਾਂ ਨੂੰ ਇਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਏਪੁਰ ਜ਼ਿਲ੍ਹੇ ਦੇ SP ਸੰਜੀਵ ਸ਼ੁਕਲਾ ਨੇ ਦੱਸਿਆ ਕਿ ਲਗਭਗ 500 ਪੋਰਨ CD ਅਤੇ 2 ਲੱਖ ਰੁਪਏ ਨਗਦ, ਇੱਕ ਪੈਨ ਡਰਾਈਵ, ਲੈਪਟਾਪ ਅਤੇ ਇੱਕ ਡਾਇਰੀ ਪੱਤਰਕਾਰ ਦੇ ਘਰੋਂ ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਪੱਤਰਕਾਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਕੋਲ ਛੱਤੀਸਗੜ੍ਹ ਦੇ ਇੱਕ ਨੇਤਾ ਦੀ ਸੈਕਸ CD ਸੀ, ਜਿਸ ਕਾਰਨ ਛੱਤੀਸਗੜ੍ਹ ਪੁਲਿਸ ਨੇ ਉਹਨਾਂ ਤੋਂ ਨਾਰਾਜ਼ਗੀ ਦਿਖਾਈ ਹੈ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਸੋ ਸਿੱਧੇ ਸ਼ਬਦਾਂ ਦੇ ਵਿੱਚ ਵਿਨੋਦ ਵਰਮਾ ਨੇ ਆਪਣੀ ਗ੍ਰਿਫਤਾਰੀ ਨੂੰ ਜਿਹੜਾ ਹੈ ਉਹ ਪੁਲਿਸ ਦੀ ਨਾਰਾਜ਼ਗੀ ਦੱਸਿਆ ਹੀ। ਉੱਥੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ ਜਿਹੜੇ ਨੇ ਉਹ ਵਿਨੋਦ ਵਰਮਾ ਦੀ ਗ੍ਰਿਫਤਾਰੀ ਦੇ ਉੱਪਰ ਆਪਣੇ ਬਿਆਨ ਦਿੱਤੇ ਨੇ। ਗੱਲ ਕਰਾਂਗੇ ਕਾਂਗਰਸ ਦੀ। ਕਾਂਗਰਸ ਨੇ ਪੱਤਰਕਾਰ ਵਿਨੋਦ ਵਰਮਾ ਦੀ ਗ੍ਰਿਫਤਾਰੀ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਪ੍ਰੈਸ ਦੀ ਸੁਤੰਤਰਤਾ 'ਤੇ ਹਮਲਾ ਕਰਾਰ ਦਿੱਤਾ ਹੈ। ਕਾਂਗਰਸ ਦੇ ਬੁਲਾਰੇ ਅਜੇ ਮਾਕਨ ਨੇ ਕਿਹਾ ਕਿ ਵਰਮਾ ਛੱਤੀਸਗੜ੍ਹ ਸਰਕਾਰ ਦੇ ਇੱਕ ਮੰਤਰੀ ਰਾਜੇਸ਼ ਮੂਨਤ ਦੇ ਸੈਕਸ ਕਾਂਡ ਬਾਰੇ ਜਾਣਕਾਰੀ ਹਾਸਲ ਕਰਨ ਲੱਗੇ ਸਨ। ਸੋ ਕਾਂਗਰਸ ਨੇ ਵਿਨੋਦ ਵਰਮਾ ਦੀ ਗ੍ਰਿਫਤਾਰੀ ਦੇ ਉੱਪਰ ਨਾਰਾਜ਼ਗੀ ਜਤਾਈ ਹੈ ਔਰ ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਹੈ ਇਹ ਪੱਤਰਕਾਰਤਾ ਦੀ ਸੁਤੰਤਰਤਾ ਦੇ ਉੱਪਰ ਹਮਲਾ ਹੈ। ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਆਪ ਦੇ ਨੇਤਾ ਨੇ ਵੀ ਇਸ ਗ੍ਰਿਫਤਾਰੀ ਦੇ ਉੱਪਰ ਆਪਣੀ ਟਿੱਪਣੀ ਦਿੱਤੀ ਹੈ। ਆਪ ਨੇਤਾ ਆਸ਼ੂਤੋਸ਼ ਨੇ ਇਸ ਨੂੰ ਪ੍ਰੈਸ 'ਤੇ ਹਮਲਾ ਕਰਾਰ ਦਿੱਤਾ ਹੈ। ਉੱਤਰ ਪ੍ਰਦੇਸ਼ ਪੁਲਿਸ ਨੂੰ ਆਪਣੇ ਇੱਕ ਟਵਿੱਟ ਵਿੱਚ ਉਹਨਾਂ ਕਿਹਾ ਕਿ ਵਰਮਾ ਦੀ ਰਹੱਸਮਈ ਤਰੀਕੇ ਨਾਲ ਗ੍ਰਿਫਤਾਰੀ ਪ੍ਰੈਸ ਦੀ ਸੁਤੰਤਰਤਾ 'ਤੇ ਹਮਲੇ ਦੇ ਬਰਾਬਰ ਹੈ। ਉੱਧਰ ਜੇਕਰ ਗੱਲ ਕਰੀਏ ਭਾਜਪਾ ਦੇ ਮੰਤਰੀ ਦੀ, ਜਿਸ ਨੂੰ ਕਿ ਕਥਿਤ CD ਦੇ ਬਿਆਨ ਦੇ ਉੱਪਰ ਇਸ ਮਸਲੇ ਦੇ ਵਿੱਚ ਸਿੱਧੇ ਤੌਰ 'ਤੇ ਖਿੱਚਿਆ ਜਾ ਰਿਹਾ ਹੈ, ਉਹਨਾਂ ਦਾ ਕੀ ਬਿਆਨ ਹੈ? ਛੱਤੀਸਗੜ੍ਹ ਦੇ ਲੋਕ ਨਿਰਮਾਣ ਅਤੇ ਰਿਹਾਇਸ਼ੀ ਮੰਤਰੀ ਰਾਜੇਸ਼ ਮੂਨਤ ਨੇ ਅੱਜ ਇੱਥੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਉਹ ਨਿਰਦੋਸ਼ ਹਨ। ਜਿਸ CD ਵਿੱਚ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਉਹ ਫਰਜ਼ੀ ਹੈ, ਇਹ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਸਾਜ਼ਿਸ਼ ਹੈ। ਉਹਨਾਂ ਮਾਮਲੇ ਦੀ ਜਾਂਚ ਸੁਤੰਤਰ ਏਜੰਸੀ ਤੋਂ ਕਰਵਾਉਣ ਦੀ ਮੰਗ ਵੀ ਕੀਤੀ ਹੈ। ਸੋ ਕੌਣ ਸਾਫ਼ ਹੈ, ਕੌਣ ਬੇਦਾਗ ਹੈ, ਕੌਣ ਸਹੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਜੀ ਹਾਂ, ਅਗਲੀ ਖਬਰ ਵੱਲ ਰੁੱਖ ਕਰਦੇ ਹਾਂ। ਅਗਲੀ ਖਬਰ ਜੋ ਕਿ ਜਗਬਾਣੀ ਅਖਬਾਰ ਨੇ ਪਹਿਲੇ ਸਫ਼ੇ ਦੇ ਉੱਪਰ ਛਾਪੀ ਹੈ, ਉਸ ਖਬਰ ਦੇ ਵਿੱਚ ਰਾਧੇ ਮਾਂ ਨੂੰ ਸਿੱਧੇ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ। ਜੀ ਹਾਂ, ਰਾਧੇ ਮਾਂ ਜੋ ਕਿ ਆਏ ਦਿਨ ਆਪਣੇ ਗੁੱਸੇ ਕਰਕੇ, ਆਪਣੇ ਡਾਂਸ ਕਰਕੇ ਜਾਂ ਆਪਣੀ ਬਿਆਨਬਾਜ਼ੀ ਕਰਕੇ ਜਿਹੜੀ ਹੈ ਉਹ ਸੁਰਖੀਆਂ ਦੇ ਵਿੱਚ ਰਹਿੰਦੀ ਹੈ, ਇਸ ਵਾਰ ਫਿਰ ਉਹ ਆਪਣੇ ਨਾਚ ਔਰ ਆਪਣੀ ਬਿਆਨਬਾਜ਼ੀ ਕਰਕੇ ਸੁਰਖੀਆਂ ਦੇ ਵਿੱਚ ਆਈ ਹੈ, ਜਿੱਥੇ ਕਿ ਉਹ ਉਸਨੇ ਦਮਾਦਮ ਮਸਤ ਕਲੰਦਰ ਗਾਣੇ ਦੇ ਉੱਪਰ ਡਾਂਸ ਕੀਤਾ। ਉੱਥੇ ਹੀ ਉਸਨੇ ਪੱਤਰਕਾਰ ਦੇ ਨਾਲ ਜਿਹੜੀ ਹੈ ਉਹ ਗੁੱਸੇਖੋਰੀ ਦੇ ਵਿੱਚ ਗੱਲ ਕੀਤੀ, ਜੋ ਕਿ ਸੁਰਖੀਆਂ ਦਾ ਮਸਲਾ ਬਣਿਆ ਹੋਇਆ ਹੈ। ਜੀ ਹਾਂ, ਇਸ ਖਬਰ ਨੂੰ ਜਗਬਾਣੀ ਨੇ ਆਪਣੇ ਪਹਿਲੇ ਸਫ਼ੇ ਦੇ ਉੱਪਰ ਛਾਪਿਆ ਹੈ। ਕੀ ਖਬਰ ਹੈ, ਮੈਂ ਤੁਹਾਡੇ ਨਾਲ ਸਾਂਝਾ ਕਰਦਾ ਜਾਵਾਂ। ਮੈਂ ਯੰਗ ਹਾਂ ਇਸ ਲਈ ਲੋਕ ਮੇਰੇ ਨਾਲ ਨਾਰਾਜ਼ ਹਨ, ਇਹ ਬਿਆਨ ਦਿੱਤਾ ਹੈ ਰਾਧੇ ਮਾਂ ਨੇ। ਜੀ ਹਾਂ, ਕੀ ਖਬਰ ਹੈ, ਕਦੇ ਡਾਂਸ ਅਤੇ ਕਦੇ ਬਿਆਨ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੀ ਰਾਧੇ ਮਾਂ ਫਿਰ ਸੁਰਖੀਆਂ 'ਚ ਹੈ। ਉੱਤਰ ਪ੍ਰਦੇਸ਼ ਦੇ ਸੰਭਲ ਦੇ ਕਲੀਧਾਮ 'ਚ ਕਲਿਕ ਮਹਾਂ ਉਤਸਵ 'ਚ ਸ਼ਮੂਲੀਅਤ ਕਰਨ ਲਈ ਰਾਧੇ ਮਾਂ ਪਹੁੰਚੀ ਸੀ। ਇੱਥੇ ਅੱਜ ਉਹ ਖੁੱਲ੍ਹ ਕੇ ਨੱਚੀ, ਦਮਾਦਮ ਮਸਤ ਕਲੰਦਰ ਅਤੇ ਕਈ ਹੋਰ ਫਿਲਮੀ ਗੀਤਾਂ 'ਤੇ ਨੱਚਦਿਆਂ ਰਾਧੇ ਮਾਂ ਨੇ ਉਹਨਾਂ ਦੇ ਭਗਤਾਂ 'ਤੇ ਫੁੱਲ ਵੀ ਵਰਸਾਏ। ਮਹੋਤਸਵ ਦੇ ਮਗਰੋਂ ਇਸ ਵਾਰ ਉਸਨੇ ਪੱਤਰਕਾਰਾਂ ਨੂੰ ਹੀ ਦੇਖ ਲੈਣ ਦੀ ਧਮਕੀ ਦੇ ਦਿੱਤੀ। ਜੀ ਹਾਂ, ਇੱਕ ਬਹੁਤ ਵੱਡੀ ਖਬਰ ਜਿਹੜੀ ਹੈ ਰਾਧੇ ਮਾਂ ਦੀ ਸਾਹਮਣੇ ਆ ਰਹੀ ਹੈ। ਪੱਤਰਕਾਰਾਂ ਦੇ ਨਾਲ ਜਿੱਥੇ ਉਸਦੀ ਬਹਿਸ ਹੋਈ, ਉੱਥੇ ਪੱਤਰਕਾਰਾਂ ਨੂੰ ਦੇਖ ਲੈਣ ਦੀ, ਉਹ ਵੀ 15 ਦਿਨਾਂ ਦੇ ਵਿੱਚ ਦੇਖ ਲੈਣ ਦੀ ਧਮਕੀ ਜਿਹੜੀ ਹੈ ਰਾਧੇ ਮਾਂ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਹੈ। ਜੀ ਹਾਂ, ਪੂਰੇ ਘਟਨਾਕ੍ਰਮ ਦੌਰਾਨ ਰਾਧੇ ਮਾਂ ਕਦੇ ਗੁੱਸੇ ਅਤੇ ਕਦੇ ਰੋਣ ਦੀ ਐਕਟਿੰਗ ਕਰਦੀ ਦੀ ਸੀ। ਇਸ ਦੌਰਾਨ ਉਹ ਮੀਡੀਆ ਦੇ ਸਵਾਲਾਂ ਦਾ ਜਵਾਬ ਦੇ ਰਹੀ ਸੀ, ਪਰ ਜਦੋਂ ਪੱਤਰਕਾਰਾਂ ਨੇ ਪੁੱਛ ਲਿਆ ਕਿ ਤੁਹਾਡੇ ਤੇ ਜੋ ਲੋਕ ਦੋਸ਼ ਲਾਉਂਦੇ ਹਨ ਕਿ ਤੁਸੀਂ ਕਾਲਾ ਜਾਦੂ ਕਰਦੇ ਹੋ, ਇਹ ਤੇ ਰਾਧੇ ਮਾਂ ਭੜਕ ਕੇ ਕਹਿਣ ਲੱਗੀ, ਤੁਹਾਡੇ ਲੋਕਾਂ ਤੇ ਸ਼ਨੀ ਵੀ ਭਾਰੀ ਹੈ।
ਇਸ ਤੇ ਰਾਧੇ ਮਾਂ ਭੜਕ ਗਈ ਅਤੇ ਪੱਤਰਕਾਰਾਂ ਨੂੰ 15 ਦਿਨਾਂ 'ਚ ਦੇਖ ਲੈਣ ਦੀ ਧਮਕੀ ਦੇਣ ਲੱਗ ਪਈ। ਰਾਧੇ ਮਾਂ ਨੇ ਆਪਣੇ ਉੱਪਰ ਰੋਜ਼ਾਨਾ ਲੱਗਣ ਵਾਲੇ ਦੋਸ਼ਾਂ ਤੋਂ ਵੀ ਇਨਕਾਰ ਕੀਤਾ ਹੈ। ਉਸਨੇ ਕਿਹਾ ਕਿ ਮੀਡੀਆ ਵਾਲੇ ਰਲ ਕੇ ਮੈਨੂੰ ਮਾਰ ਦੇਣ, ਬਹੁਤ ਕੁਝ ਹੋ ਗਿਆ ਹੈ। ਇਸ ਮਗਰੋਂ ਉਹ ਰੋਣ ਲੱਗ ਪਈ। ਜੀ ਹਾਂ, ਗੌਰਤਲਬ ਹੈ ਕਦੇ ਗੁੱਸੇ ਵਿੱਚ ਆ ਜਾਂਦੀ ਹੈ, ਕਦੇ ਨੱਚਣ ਲੱਗ ਪੈਂਦੀ ਹੈ, ਕਦੇ ਰੋਣ ਲੱਗ ਪੈਂਦੀ ਹੈ। ਇਹ ਕਿਸ ਤਰ੍ਹਾਂ ਦਾ ਅਡੰਬਰ ਹੈ, ਕਿਸ ਤਰ੍ਹਾਂ ਦਾ ਨਾਟਕ ਹੈ, ਇਹ ਕਿਸ ਤਰ੍ਹਾਂ ਦੀ ਟਿੱਪਣੀ ਹੈ, ਕਿਸ ਤਰ੍ਹਾਂ ਦੀ ਬਿਆਨਬਾਜ਼ੀ ਹੈ, ਇਹ ਰਾਧੇ ਮਾਂ ਜਾਂ ਤਾਂ ਖੁਦ ਜਾਣਦੀ ਹੈ ਜਾਂ ਫਿਰ ਉਹਨਾਂ ਦੇ ਭਗਤ ਜਿਹੜੇ ਨੇ ਇਹ ਪੂਰੇ ਤਰੀਕੇ ਦੇ ਨਾਲ ਜਾਣਦੇ ਆ। ਪਰ ਫਿਲਹਾਲ ਜਿਹੜੀ ਖਬਰ ਜਗਬਾਣੀ ਨੇ ਛਾਪੀ ਹੈ, ਉਸ ਦੇ ਵਿੱਚ ਸਾਫ਼ ਦੱਸਿਆ ਗਿਆ ਹੈ ਕਿ ਪੱਤਰਕਾਰਾਂ ਨੂੰ 15 ਦਿਨਾਂ ਦੇ ਵਿੱਚ ਦੇਖ ਲੈਣ ਦੀ ਧਮਕੀ ਜਿਹੜੀ ਹੈ ਰਾਧੇ ਮਾਂ ਵੱਲੋਂ ਦਿੱਤੀ ਗਈ ਹੈ। ਜੀ ਹਾਂ, ਰੁੱਖ ਕਰਦੇ ਹਾਂ ਅਗਲੀ ਖਬਰ ਵੱਲ, ਜੋ ਕਿ ਜਗਬਾਣੀ ਨੇ ਆਪਣੇ ਦੂਜੇ ਸਫ਼ੇ ਦੇ ਉੱਪਰ ਛਾਪੀ ਹੈ। ਬਹੁਤ ਹੀ ਅਹਿਮ ਖਬਰ ਹੈ। ਉੱਧਰ ਸ਼ਿਵ ਸੈਨਾ ਦੇ ਸਾਂਸਦ ਨੇ ਇਹ ਬਿਆਨ ਦਿੱਤਾ ਹੈ ਕਿ ਦੇਸ਼ ਦੀ ਅਗਰ ਕੋਈ ਅਗਵਾਈ ਕਰ ਸਕਦਾ ਹੈ ਤਾਂ ਉਹ ਰਾਹੁਲ ਗਾਂਧੀ ਤੋਂ ਬਿਹਤਰ ਕੋਈ ਨਹੀਂ ਹੋ ਸਕਦਾ। ਜੀ ਹਾਂ, ਇੱਕ ਬਹੁਤ ਵੱਡਾ ਪਲਟਵਾਰ ਜਿਹੜਾ ਦੇਖਣ ਨੂੰ ਮਿਲ ਰਿਹਾ ਇਸ ਖਬਰ ਦੇ ਵਿੱਚ, ਰਾਜਨੀਤੀ ਦੇ ਵਿੱਚ ਉਥਲ ਫੁਥਲ। ਔਰ ਜੇਕਰ ਗੱਲ ਕਰੀਏ ਕਿ ਪਲਟਵਾਰ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ, ਕੀ ਖਬਰ ਹੈ ਤੁਹਾਡੇ ਨਾਲ ਸਾਂਝਾ ਕਰਦਾ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਹੈ ਕਿ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇਸ਼ ਦੀ ਅਗਵਾਈ ਕਰਨ ਵਿੱਚ ਸਮਰੱਥ ਹਨ। ਨਾਲ ਹੀ ਉਹਨਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਦੀ ਲਹਿਰ ਫਿੱਕੀ ਪੈ ਗਈ ਹੈ। ਜੀ ਹਾਂ, ਨਰਿੰਦਰ ਮੋਦੀ ਦੀ ਲਹਿਰ ਫਿੱਕੀ ਪੈ ਗਈ ਹੈ, ਇਹ ਬਿਆਨ ਦਿੱਤਾ ਹੈ ਸ਼ਿਵ ਸੈਨਾ ਦੇ ਸਾਂਸਦ ਨੇ। ਕੀ ਲੜੀ ਹੈ ਇਸ ਪਿੱਛੇ, ਇਸ ਲੜੀ ਨੂੰ ਵੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦਾ ਜਾਵਾਂ। ਰਾਊਤ ਨੇ ਕਿਹਾ ਹੈ ਕਿ ਗੁੱਡਸ ਐਂਡ ਸਰਵਿਸ ਟੈਕਸ ਨੂੰ ਲਾਗੂ ਕੀਤੇ ਜਾਣ ਵਿਰੁੱਧ ਗੁਜਰਾਤ ਦੇ ਲੋਕਾਂ ਵਿੱਚ ਰੋਸ ਦੀ ਗੱਲ ਦਾ ਸੰਕੇਤ ਹੈ ਕਿ ਭਾਜਪਾ ਨੂੰ ਚੋਣਾਂ ਵਿੱਚ ਇੱਕ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦਸੰਬਰ ਵਿੱਚ ਹੋਣ ਦਾ ਪ੍ਰੋਗਰਾਮ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਨੇ ਇੱਕ ਟੀਵੀ ਚੈਨਲ ਤੇ ਚਰਚਾ ਵਿੱਚ ਇਹ ਪ੍ਰਗਟਾਵਾ ਕੀਤਾ। ਜੀ ਹਾਂ, ਗੁਜਰਾਤ ਦੀਆਂ ਚੋਣਾਂ ਇਸ ਵੇਲੇ ਬਿਲਕੁਲ ਦਰਵਾਜ਼ੇ ਤੇ ਦਸਤਕ ਦੇਣ ਨੂੰ ਖੜੋਤੀਆਂ ਨੇ। ਔਰ ਗੁਜਰਾਤ ਦੀ ਅਗਰ ਚੋਣਾਂ ਦੀ ਗੱਲ ਕਰੀਏ ਤਾਂ ਉੱਥੇ GST ਔਰ ਨੋਟਬੰਦੀ ਦਾ ਮੁੱਦਾ ਜਿਹੜਾ ਹੈ ਉਹ ਬਹੁਤ ਹੀ ਗਰਮਾਇਆ ਹੋਇਆ। ਲੋਕਾਂ ਦੇ ਵਿੱਚ GST ਔਰ ਨੋਟਬੰਦੀ ਨੂੰ ਲੈ ਕੇ ਜਿਹੜੇ ਨੇ ਬੜੇ ਮਨਮੁਟਾਵ ਨੇ, ਕਈ ਸਵਾਲਾਤ ਨੇ, ਔਰ ਇਹ ਸਵਾਲਾਤ ਔਰ ਮਨਮੁਟਾਵ ਜਿਹੜਾ ਇਹ BJP ਦੇ ਉੱਪਰ ਕਿੰਨਾ ਹਾਵੀ ਪਵੇਗਾ, ਔਰ ਜੋ ਸਾਂਸਦ ਸ਼ਿਵ ਸੈਨਾ ਦੇ ਜਿਹੜੇ ਨੇ ਜੋ ਬਿਆਨ ਦੇ ਰਹੇ ਨੇ ਇਹ ਕਿੰਨੇ ਪ੍ਰਭਾਵੀ ਹੋਣਗੇ ਗੁਜਰਾਤ ਦੇ ਇਸ ਇਲੈਕਸ਼ਨ ਦੇ ਵਿੱਚ। ਇਹ ਇਲੈਕਸ਼ਨ ਦੇ ਨਤੀਜੇ ਜੋ ਕਿ 18 ਤਰੀਕ ਨੂੰ ਆਉਣਗੇ ਉਸ ਦੇ ਵਿੱਚ ਦੇਖਣ ਨੂੰ ਮਿਲ ਜਾਵੇਗਾ। ਜੀ ਹਾਂ, ਰੁੱਖ ਕਰਦੇ ਹਾਂ ਅਗਲੀ ਅਖਬਾਰ ਵੱਲ। ਜੀ ਹਾਂ, ਅਗਲੀ ਅਖਬਾਰ ਹੈ ਅਜੀਤ ਅਖਬਾਰ। ਅਜੀਤ ਅਖਬਾਰ ਨੇ ਇੱਕ ਪਹਿਲੀ ਖਬਰ ਜਿਹੜੀ ਆਪਣੇ ਪਹਿਲੇ ਸਫ਼ੇ ਦੇ ਉੱਪਰ ਛਾਪੀ ਹੈ, ਬੜੀ ਹੀ ਅਹਿਮ ਖਬਰ ਹੈ। ਅਮੈਰੀਕਾ ਨੇ ਦਿੱਤੀ ਹੈ ਪਾਕਿਸਤਾਨ ਨੂੰ ਸਿੱਧੀ ਚੇਤਾਵਨੀ ਕਿ ਉਹ ਅੱਤਵਾਦੀਆਂ ਦੇ ਟਿਕਾਣਿਆਂ ਦਾ ਖਾਤਮਾ ਕਰੇ। ਜੀ ਹਾਂ, ਬਹੁਤ ਵੱਡੀ ਖਬਰ ਜਿਹੜੀ ਹੈ ਉਹ ਅਜੀਤ ਨੇ ਆਪਣੀ ਪਹਿਲੇ ਸਫ਼ੇ ਦੇ ਉੱਪਰ ਛਾਪੀ ਹੈ। ਅੱਤਵਾਦੀਆਂ ਦਾ ਖਾਤਮਾ ਕਰੇ ਪਾਕਿਸਤਾਨ, ਨਹੀਂ ਤਾਂ ਆਪਣੇ ਢੰਗ ਨਾਲ ਕਾਰਵਾਈ ਕਰਾਂਗੇ। ਇਹ ਕਹਿਣਾ ਹੈ ਡੋਨਲਡ ਟਰੰਪ ਦਾ, ਪ੍ਰੈਜ਼ੀਡੈਂਟ ਆਫ USA, ਯੂਨਾਈਟਿਡ ਸਟੇਟ ਆਫ ਅਮੈਰੀਕਾ। ਕੀ ਕਹਿ ਰਹੇ ਨੇ ਉਹ ਆਪਣੀ ਖਬਰ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਅਮੈਰੀਕਾ 'ਚ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਜਾਰੀ ਕਰਦੇ ਹੋਏ ਆਪਣੇ ਦੇਸ਼ 'ਚ ਚੱਲ ਰਹੀ ਅੱਤਵਾਦੀ ਸਰਗਰਮੀਆਂ 'ਤੇ ਜਲਦ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਸਖ਼ਤ ਲਹਿਜ਼ੇ 'ਚ ਕਿਹਾ ਹੈ ਕਿ ਜੇਕਰ ਉਹ ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨ 'ਚ ਅਸਫਲ ਰਹਿੰਦਾ ਹੈ ਤਾਂ ਅਮੈਰੀਕਾ ਫਿਰ ਆਪਣੇ ਤਰੀਕੇ ਅਪਣਾਏਗਾ। ਅਮੈਰੀਕਾ 'ਚ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਸਪਸ਼ਟ ਰੂਪ 'ਚ ਕਹਿ ਦਿੱਤਾ ਹੈ ਕਿ ਉਹ ਅੱਤਵਾਦੀ ਸੰਗਠਨਾਂ ਖਿਲਾਫ਼ ਫੈਸਲਾ ਕਾਨੂੰਨ ਕਾਰਵਾਈ ਕਰੇ ਅਤੇ ਆਪਣੀ ਜ਼ਮੀਨ 'ਤੇ ਪਨਾਹਗਾਹਾਂ ਦਾ ਖਾਤਮਾ ਕਰੇ। ਜੀ ਹਾਂ, ਜਿਵੇਂ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਅਮੈਰੀਕਾ ਦੇ ਜੋ ਮੰਤਰੀ ਸੀ ਉਹ ਭਾਰਤੀ ਦੌਰੇ ਦੇ ਉੱਪਰ ਸੀ ਔਰ ਉੱਥੇ ਵੀ ਸੁਸ਼ਮਾ ਸਵਰਾਜ ਹੋਣਾ ਦੇ ਨਾਲ ਮੁਲਾਕਾਤ ਦੇ ਦੌਰਾਨ ਉਹਨਾਂ ਨੇ ਇਸ ਮੁੱਦਿਆਂ ਦੇ ਉੱਪਰ ਵੀ ਗੱਲ ਚੱਕੀ ਸੀ ਕਿ ਪਾਕਿਸਤਾਨ ਜਿਹੜਾ ਹੈ ਉਹ ਆਪਣੇ ਅੱਤਵਾਦੀ ਟਿਕਾਣਿਆਂ ਦਾ ਜਿਹੜਾ ਹੈ ਉਹ ਖਾਤਮਾ ਕਰੇ, ਜਿੰਨੀਆਂ ਵੀ ਪਨਾਹਗਾਹਾਂ ਨੇ ਅੱਤਵਾਦੀਆਂ ਦੀ ਉਹਨਾਂ ਨੂੰ ਨਸ਼ਟ ਕਰੇ ਤਾਂ ਕਿ ਅਮਨ ਅਮਾਲ ਜਿਹੜਾ ਹੈ ਉਹ ਸਾਰੇ ਪਾਸੇ ਫੈਲ ਸਕੇ। ਸੋ ਨਾਲ ਹੀ ਨਾਲ ਵਿਦੇਸ਼ ਮੰਤਰੀ ਰੈਕਸ ਟਿਲਰਸਨ ਹਾਲ ਹੀ 'ਚ ਅਫਗਾਨਿਸਤਾਨ ਪਾਕਿਸਤਾਨ ਦੇ ਭਾਰਤ ਦੀ ਆਪਣੀ ਪਹਿਲੀ ਯਾਤਰਾ ਕਰਕੇ ਵਾਪਸ ਪਰਤੇ ਹਨ। ਇਸ 'ਤੇ ਇੱਕ ਦਿਨ ਬਾਅਦ ਵਿਦੇਸ਼ ਵਿਭਾਗ ਦੀ ਬੁਲਾਰਨ ਹੀਥਰ ਨੋਰਟ ਨੇ ਕਿਹਾ ਕਿ ਅਸੀਂ ਕਈ ਵਾਰ ਪਾਕਿਸਤਾਨ ਨੂੰ ਇਹ ਕਹਿ ਚੁੱਕੇ ਹਾਂ ਕਿ ਉਸਨੂੰ ਆਪਣੀਆਂ ਸਰਹੱਦਾਂ ਅੰਦਰ ਅੱਤਵਾਦੀ ਸੰਗਠਨਾਂ ਖਿਲਾਫ਼ ਨਿਰਣਾਇਕ ਕਾਰਵਾਈ ਕਰਨੀ ਚਾਹੀਦੀ ਹੈ। ਜੀ ਹਾਂ, ਪਾਕਿਸਤਾਨ ਦੀ ਵਿਦੇਸ਼ ਵਿਭਾਗ ਦੀ ਬੁਲਾਰਨ ਹੀਥਰ ਨੋਰਟ ਨੇ ਬਹੁਤ ਵਧੀਆ ਲਿਹਾਜ਼ੇ ਦੇ ਵਿੱਚ ਇਹ ਗੱਲ ਕਹੀ ਹੈ, ਬਹੁਤ ਸਖ਼ਤੀਪੂਰਨ ਤੇਵਰ ਦੇ ਨਾਲ ਇਹ ਗੱਲ ਕਹੀ ਹੈ ਕਿ ਪਾਕਿਸਤਾਨ ਨੂੰ ਆਪਣੇ ਜਿਹੜੇ ਅੱਤਵਾਦੀਆਂ ਦੀ ਪਨਾਹਗਾਹਾਂ ਨੇ, ਜਿਹੜੇ ਟਿਕਾਣੇ ਨੇ, ਅੱਤਵਾਦੀਆਂ ਦੇ ਰਿਹਾਇਸ਼ੀ ਇਲਾਕੇ ਨੇ, ਉਹਨਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ। ਜੀ ਹਾਂ, ਨਜ਼ਰ ਮਾਰਦੇ ਹਾਂ ਅਗਲੀ ਖਬਰ ਵੱਲ ਜੋ ਕਿ ਅਜੀਤ ਅਖਬਾਰ ਨੇ ਆਪਣੇ ਪਹਿਲੇ ਸਫ਼ੇ ਦੇ ਉੱਪਰ ਛਾਪੀ ਹੈ। ਰੱਖਿਆ ਖੇਤਰ ਵਿੱਚ ਵਧੇਗਾ ਸਹਿਯੋਗ, ਭਾਰਤ ਅਤੇ ਫਰਾਂਸ ਦੇ ਰੱਖਿਆ ਮੰਤਰੀਆਂ ਵਿਚਾਲੇ ਹੋਈ ਗੱਲਬਾਤ। ਜੀ ਹਾਂ, ਫਰਾਂਸ ਦੀ ਰੱਖਿਆ ਮੰਤਰੀ ਜੋ ਕਿ 2 ਦਿਨੀ ਭਾਰਤ ਦੌਰੇ ਦੇ ਉੱਪਰ ਹੈ, ਹਾਲੇ ਅਮੈਰੀਕਾ ਦੇ ਜੋ ਮੰਤਰੀ ਸਨ ਉਹ ਦੌਰੇ 'ਤੇ ਆਏ ਹੋਏ ਸਨ, ਉਹਨਾਂ ਦੀ ਵਾਪਸੀ ਮਗਰੋਂ ਫਰਾਂਸ ਦੇ ਜੋ ਰੱਖਿਆ ਮੰਤਰੀ ਹਨ
ਉਹ ਭਾਰਤੀ ਦੌਰੇ ਦੇ ਉੱਪਰ ਹਨ, ਕੀ ਗੱਲਬਾਤ ਹੋਈ, ਕੀ ਖਬਰ ਜਿਹੜੀ ਅਜੀਤ ਅਖਬਾਰ ਨੇ ਛਾਪੀ, ਮੈਂ ਤੁਹਾਡੇ ਨਾਲ ਸਾਂਝਾ ਕਰਦਾ ਜਾਵਾਂ। ਭਾਰਤ ਅਤੇ ਫਰਾਂਸ ਨੇ ਰੱਖਿਆ ਸਹਿਯੋਗ ਹੋਰ ਵਧਾਉਣ ਅਤੇ ਸਮੁੰਦਰੀ ਖੇਤਰ 'ਚ ਵਿਸ਼ੇਸ਼ ਤੌਰ 'ਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮੁੱਦੇ 'ਤੇ ਵਿਸਥਾਰ 'ਚ ਗੱਲਬਾਤ ਕੀਤੀ। ਇਹ ਚਰਚਾ ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਆਪਣੀ ਫਰਾਂਸ ਦੀ ਹਮਰੁਤਬਾ ਫਲੋਰੈਂਸ ਪਾਰਲੇ ਨਾਲ ਮੁਲਾਕਾਤ ਦੌਰਾਨ ਹੋਈ। ਭਾਰਤ ਦੇ ਦੋ ਦਿਨੀ ਦੌਰੇ 'ਤੇ ਆਈ ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਨੇ ਖੇਤਰੀ ਸੁਰੱਖਿਆ ਹਾਲਾਤ, ਵੱਖ ਵੱਖ ਪ੍ਰੋਜੈਕਟਾਂ ਲਈ ਤਕਨੀਕ ਤਬਾਦਲੇ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ। ਪਾਰਲੇ ਦਾ ਇਹ ਦੌਰਾ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਂ ਦੇ ਆਉਣ ਵਾਲੇ ਦੌਰੇ ਸੰਬੰਧੀ ਆਧਾਰ ਦੇ ਸੰਬੰਧ 'ਚ ਵੇਖਿਆ ਜਾ ਰਿਹਾ ਹੈ। ਜੀ ਹਾਂ, ਵੱਖ ਵੱਖ ਖੇਤਰਾਂ ਵਿੱਚ ਸਮਝੌਤੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਫਰਾਂਸ ਦੇ ਨਾਲ ਜਿਹੜੇ ਨੇ ਬੜੇ ਹੀ ਦੋਸਤੀਪੂਰਨ ਸੰਬੰਧ ਜਿਹੜੇ ਨੇ ਉਹ ਸਾਹਮਣੇ ਆਉਣ ਦੀ ਸੰਭਾਵਨਾ ਹੈ। ਜੀ ਹਾਂ, ਰੁੱਖ ਕਰਦੇ ਹਾਂ ਅਗਲੀ ਖਬਰ ਵੱਲ। ਜੀ ਹਾਂ, ਵੀਡੀਓ ਗੇਮ ਜੋ ਕਿ ਬੱਚੇ ਅੱਜ ਕੱਲ੍ਹ ਬਹੁਤ ਸ਼ੌਂਕ ਦੇ ਨਾਲ ਵੀਡੀਓ ਗੇਮਸ ਖੇਡ ਰਹੇ ਨੇ। ਬੱਚੇ ਹੀ ਨਹੀਂ ਬਲਕਿ ਵੱਡਿਆਂ ਦੇ ਵਿੱਚ ਵੀ ਜਿਹੜਾ ਸ਼ੌਂਕ ਹੈ ਇਹ ਬੜੀ ਤੇਜ਼ੀ ਦੇ ਨਾਲ ਪਨਪ ਰਿਹਾ ਹੈ, ਔਰ ਆਏ ਦਿਨ ਨਵੀਂ ਟੈਕਨੀਕਸ ਔਰ ਨਵੀਂ ਟੈਕਨੋਲੋਜੀ ਦੇ ਨਾਲ ਵੀਡੀਓ ਗੇਮਸ ਜਿਹੜੀਆਂ ਨੇ ਉਹ ਮੋਬਾਈਲਸ ਜਾਂ ਹੋਰ ਗੈਜਟਸ ਦੇ ਵਿੱਚ ਜਿਹੜੀਆਂ ਨੇ ਉਹ ਕੈਦ ਹੋ ਕਰਕੇ ਸਾਡੇ ਘਰਾਂ ਤੱਕ ਵੀ ਪਹੁੰਚ ਰਹੀਆਂ ਨੇ। ਪਿਛਲੇ ਕੁਝ ਸਮੇਂ ਪਹਿਲਾਂ ਬਲੂ ਵੇਲ ਗੇਮ ਨਾਂ ਦੀ ਇੱਕ ਐਸੀ ਖੇਡ ਜਿਹੜੀ ਹੈ ਉਹ ਸਾਡੇ ਘਰਾਂ ਤੱਕ ਪਹੁੰਚ ਗਈ ਸੀ, ਜਿਸ ਨੇ ਕਿ ਕਈ ਜਾਨਾਂ ਲੈ ਲਈਆਂ। ਔਰ ਇਸ ਗੇਮ ਨੂੰ ਲੈ ਕਰਕੇ ਸੁਪਰੀਮ ਕੋਰਟ ਨੇ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਉਹ ਸੁਣਾਇਆ। ਇਸ ਖਬਰ ਨੂੰ ਅਜੀਤ ਅਖਬਾਰ ਨੇ ਆਪਣੇ ਪਹਿਲੇ ਸਫ਼ੇ ਦੇ ਉੱਪਰ ਛਾਪਿਆ। ਕੀ ਖਬਰ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਸੁਪਰੀਮ ਕੋਰਟ ਨੇ ਬਹੁਤ ਚਰਚਿਤ ਬਲੂ ਵੇਲ ਗੇਮ ਪ੍ਰਤੀ ਸਖ਼ਤ ਰਵੱਈਆ ਅਖਤਿਆਰ ਕਰਦੇ ਹੋਏ ਇਸ ਬਲੂ ਵੇਲ ਚੈਲੰਜ ਗੇਮ ਨੂੰ ਰਾਸ਼ਟਰੀ ਸਮੱਸਿਆ ਕਰਾਰ ਦੇ ਦਿੱਤਾ ਹੈ। ਜੀ ਹਾਂ, ਸੁਪਰੀਮ ਕੋਰਟ ਨੇ ਇਸ ਗੇਮ ਨੂੰ ਰਾਸ਼ਟਰੀ ਸਮੱਸਿਆ ਦਾ ਨਾਂ ਦਿੱਤਾ ਹੈ। ਜੀ ਹਾਂ, ਰਾਸ਼ਟਰੀ ਸਮੱਸਿਆ ਕਰਾਰ ਦੇ ਦਿੱਤਾ ਗਿਆ ਹੈ। ਬਲੂ ਵੇਲ ਗੇਮ 'ਤੇ ਪਾਬੰਦੀ ਲਗਾਉਣ ਲਈ ਦਾਖਲ ਪਟੀਸ਼ਨ 'ਤੇ ਸੁਣਵਾਈ ਦੌਰਾਨ ਕੇਂਦਰ ਨੇ ਕੋਰਟ ਵਿੱਚ ਕਿਹਾ ਕਿ ਇਸ ਮਸਲੇ ਲਈ ਇੱਕ ਕਮੇਟੀ ਬਣਾਈ ਗਈ ਹੈ ਜੋ 3 ਹਫ਼ਤਿਆਂ 'ਚ ਰਿਪੋਰਟ ਸੌਂਪੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਦੂਰਦਰਸ਼ਨ ਅਤੇ ਨਿੱਜੀ ਚੈਨਲਾਂ ਨੂੰ ਆਪਣੇ ਪ੍ਰਾਈਮ ਟਾਈਮ ਦੇ ਵਿੱਚ ਪ੍ਰੋਗਰਾਮਾਂ ਦੇ ਰਾਹੀਂ ਇਸ ਦੇ ਖਤਰਿਆਂ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਤਮਿਲਨਾਡੂ ਦੇ ਇੱਕ ਵਿਅਕਤੀ ਵੱਲੋਂ ਬਲੂ ਵੇਲ ਗੇਮ 'ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ। ਜੀ ਹਾਂ, ਬਲੂ ਵੇਲ ਗੇਮ ਜਿਸਨੇ ਕਈ ਮਾਸੂਮ ਕਈ ਨੌਜਵਾਨਾਂ ਦੀ ਜਾਨ ਲੈ ਲਈ। ਇਸ ਗੇਮ ਦੇ ਵਿੱਚ ਇੱਕ ਤਰ੍ਹਾਂ ਤਰ੍ਹਾਂ ਦੇ ਟਾਸਕ ਦਿੱਤੇ ਜਾਂਦੇ ਨੇ, ਜਿਸ ਟਾਸਕ ਦੇ ਤਹਿਤ ਉਹਨਾਂ ਦੀ ਜੋ ਆਪਣੀ ਸਾਈਕੋਲੋਜੀਕਲ ਐਡਵਾਂਟੇਜ ਹੈ ਉਹ ਖਤਮ ਹੋ ਜਾਂਦੀ ਹੈ, ਔਰ ਸਾਈਕੋਲੋਜੀਕਲੀ ਮਾਰ ਦੇ ਹੇਠ ਆ ਕਰਕੇ ਜਿਹੜੇ ਲੋਕ ਨੇ ਉਹ ਆਤਮ ਹੱਤਿਆ ਦਾ ਰੁੱਖ ਜਿਹੜਾ ਅਖਤਿਆਰ ਕਰ ਲੈਂਦੇ ਨੇ। ਜੀ ਹਾਂ, ਰੁੱਖ ਕਰਦੇ ਹਾਂ ਅਗਲੀ ਅਖਬਾਰ ਵੱਲ। ਅਗਲੀ ਅਖਬਾਰ ਹੈ ਜੀ ਪੰਜਾਬੀ ਜਾਗਰਣ। ਪੰਜਾਬੀ ਜਾਗਰਣ ਨੇ ਇੱਕ ਬਹੁਤ ਹੀ ਅਹਿਮ ਖਬਰ ਨੂੰ ਆਪਣੇ ਪਹਿਲੇ ਸਫ਼ੇ ਦੇ ਉੱਪਰ ਛਾਪਿਆ ਹੈ। ਜੀ ਹਾਂ, ਕੁਝ ਦਿਨ ਪਹਿਲਾਂ ਦਿੱਲੀ ਦੇ ਤਾਲਕਤੋਰਾ ਸਟੇਡੀਅਮ ਦੇ ਵਿੱਚ ਜਿੱਥੇ 350ਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ ਭਾਵ ਨਾਲ ਸਿੱਖ ਰਾਸ਼ਟਰੀ ਸਿੱਖ ਸੰਗਤ ਸਮਾਰੋਹ ਦੇ ਰੂਪ ਦੇ ਵਿੱਚ ਮਨਾਇਆ ਗਿਆ, ਉਸ ਉੱਪਰ ਟਿੱਪਣੀ ਕਰਦਿਆਂ ਹੋਇਆ ਸ਼੍ਰੋਮਣੀ ਕਮੇਟੀ, ਜੀ ਹਾਂ ਮੈਂ ਦੱਸਦਾ ਜਾਵਾਂ ਕਿ ਸ਼੍ਰੋਮਣੀ ਕਮੇਟੀ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਬਿਲਕੁਲ ਨਹੀਂ ਕੀਤੀ, ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਵੀ RSS ਦੇ ਕਿਸੇ ਸਮਾਗਮ ਦੇ ਵਿੱਚ ਅਸੀਂ ਸ਼ਾਮਿਲ ਨਹੀਂ ਹੋਵਾਂਗੇ। ਔਰ ਉੱਥੇ ਹੀ ਉਹਨਾਂ ਨੇ ਇੱਕ ਬਹੁਤ ਹੀ ਤਿੱਖਾ ਬਿਆਨ ਦਿੱਤਾ ਹੈ ਇਸ ਵੇਲੇ ਇਸ ਖਬਰ ਦੇ ਵਿੱਚ, ਮੈਂ ਖਬਰ ਆਪ ਨਾਲ ਸਾਂਝੀ ਕਰਦਾ ਜਾਵਾਂ। RSS ਦੇ ਵਿੰਗ ਰਾਸ਼ਟਰੀ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸੰਬੰਧੀ ਦਿੱਲੀ 'ਚ 25 ਅਕਤੂਬਰ ਨੂੰ ਹੋਏ ਸਮਾਰੋਹ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ 'ਚ ਟਕਰਾਅ ਵੱਧ ਗਿਆ। ਭਾਜਪਾ ਦੇ ਕੌਮੀ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਵੱਧਦੇ ਵਿਵਾਦ ਨੂੰ ਦੇਖਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚਾਹੇ ਤਾਂ ਭਾਜਪਾ ਨਾਲੋਂ ਨਾਤਾ ਤੋੜ ਸਕਦਾ ਹੈ। ਦਿੱਲੀ 'ਚ ਹੋਏ ਸਮਾਗਮ 'ਚ ਸ੍ਰੀ ਅਕਾਲ ਤਖਤ ਸਾਹਿਬ ਨੇ ਬਾਈਕਾਟ ਕੀਤਾ ਸੀ ਕਿਉਂਕਿ ਰਾਸ਼ਟਰੀ ਸਿੱਖ ਸੰਗਤ ਕੌਮੀ ਸਵੈ ਸੰਘ ਸੇਵਕ ਸੰਘ ਨਾਲ ਜੁੜਿਆ ਹੈ। ਅਕਾਲ ਤਖ਼ਤ ਨੇ ਸਿੱਖ ਸੰਗਤ ਨੂੰ RSS ਦੇ ਸਮਾਗਮ 'ਚ ਨਾ ਜਾਣ ਦਾ ਹੁਕਮਨਾਮਾ ਜਾਰੀ ਕਰ ਰੱਖਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ RSS ਤੇ ਭਾਜਪਾ ਨੂੰ ਸਿੱਖ ਵਿਰੋਧੀ ਦੱਸਿਆ ਸੀ, ਜਿਸ ਤੋਂ ਬਾਅਦ ਦੋਵਾਂ ਪਾਰਟੀਆਂ 'ਚ ਇਸ ਮੁੱਦੇ 'ਤੇ ਟਕਰਾਅ ਵੱਧ ਗਿਆ ਸੀ। ਹੁਣ ਭਾਜਪਾ ਨੇ ਕੌਮੀ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਇਸ ਵਿਵਾਦ ਨੂੰ ਹੋਰ ਦਬਾ ਦਿੱਤੀ ਹੈ, ਹੋਰ ਹਵਾ ਦਿੱਤੀ ਹੈ। ਉਹਨਾਂ ਕਿਹਾ ਕਿ ਜੋ RSS ਅਤੇ ਭਾਜਪਾ ਸਿੱਖ ਵਿਰੋਧੀ ਹਨ ਤਾਂ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਉਹ ਭਾਜਪਾ ਨਾਲੋਂ ਨਾਤਾ ਤੋੜ ਲਵੇ ਅਤੇ ਇਕੱਲੇ ਹੀ ਝੋਣ ਲਾ ਲਵੇ। ਜੀ ਹਾਂ, ਜਿਸ ਗੱਲ ਦਾ ਆਸ਼ੰਕਾ ਜਿਸ ਗੱਲ ਦਾ ਖਦਸ਼ਾ ਸੀ ਉਹ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ। ਜੀ ਹਾਂ, ਇਹ ਸੰਮੇਲਨ ਸ਼ਾਇਦ ਕਿਤੇ ਇਹ ਰੁੱਖ ਨਾ ਅਖਤਿਆਰ ਕਰ ਲਵੇ ਕਿ ਪੰਜਾਬ ਦੇ ਵਿੱਚ ਜਿੱਥੇ ਕਿ ਅਕਾਲੀ ਦਲ ਅਤੇ ਭਾਜਪਾ ਦਾ ਗਠਬੰਧਨ ਹੈ, ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਆਉਣ ਵਾਲੀ ਲੋਕ ਸਭਾ ਚੋਣਾਂ ਦੇ ਵਿੱਚ ਕਿਤੇ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਇਕੱਲੇ ਹੀ ਚੋਣ ਲੜਦੀ ਨਜ਼ਰ ਨਾ ਆਵੇ।
जी हाँ जी, रुक करते हैं अगली खबर वाल। अगली खबर जो आ रही है वह मानसा के बुढ़लाडा तो आ रही है, जिथे कि एक ट्रेन हादसे दे विच चार मजदूरों की मौत हो गई है। एक खबर छापी है जी पंजाबी जागरण ने अपने पहले सफे के उपर। की खबर है विस्तार विच चर्चा करते हाँ। शुक्रवार शाम बुढ़लाडा रेलवे स्टेशन से एक दर्दनाक हादसे में दैनिक एक्सप्रैस गड्डी हेठा आने नाल चार मजदूरों की मौत हो गई। इस विच दो नौजवान, एक औरत, एक पल्लेदार शामिल है। हादसा इन्ना भयानक सी कि लाशां दे टुकड़े टुकड़े दूर तक खिलर गए। रेलवे पुलिस ने लाशां नूं कब्जे च लैके अपनी कार्रवाई शुरू कर दी है। रेलवे स्टेशन बुढ़लाडा लागे जीरी की एक स्पैशल गड्डी लोड की जा रही सी। रेलवे स्टेशन के पार कुछ मजदूर झोंपड़ियां ते कच्चे घर बना के रहिंदे हन। इस परिवार नाल संबंधित मजदूर लल्लू 22 साल, कविता 11 साल, गोविंद कुमार 22 साल ते जद स्टेशन लाग्यो माल गड्डी हेठों लंघ के परले पासे जाण लगे तां उधरों दिल्ली पासे तेज रफ्तार आ रही दैनिक एक्सप्रैस गड्डी ने उन्हां नूं लपेट च लै रहा, जिस कारण चारां दी मौके ते ही मौत हो गई है। जी हाँ जी, गल करते हाँ अगली खबर वाल, जो कि हिमाचल प्रदेश हो जा रही विधानसभा चोणां दे नाल संबंधित है, जिन्हों की पंजाबी जागरण ने अपने दूसरे सफे के उपर छापया है। हिमाचल च 3 दिन प्रचार करनगे नरेंद्र मोदी। जी हाँ, नरेंद्र मोदी अपनी भाजपा सरकार की लाज बचाने के लिए खुद मैदान च उतर रहे हैं। हिमाचल प्रदेश दे विच आ रहे हैं, जिथे कि नरेंद्र मोदी आ रहे हैं उत्थे उन्होंने नाल पूरा मंत्रीमंडल, केंद्रीय मंत्रीमंडल जिहड़ा है वह पूरा का पूरा जिहड़ा है हिमाचल दे विच अपना टेंट लगा के बैठन नूं तैयार है। की खबर है मैं थोड़े नाल सांझी करदा जावां। हिमाचल विधानसभा चोणां च प्रधानमंत्री नरेंद्र मोदी 3 दिन प्रचार करनगे। 2 नवंबर नूं कांगड़ा ते सिरमौर जिले च रैलियां नूं संबोधन करनगे। सूबे च चोण प्रचार नूं धार देण लई भाजपा ने केंद्रीय नेतावां दा प्रोग्राम तय कर दिता है। जी हाँ, जिवें कि मैं पहले दस्सिया भी केंद्र दे सारे मंत्री जिहड़े ने हल्ला बोल रैली नूं लै करके हिमाचल प्रदेश दे विच आ रहे ने, चोन प्रचार करनगे, कंपेन करनगे और वध तों वध जिहड़ियां ने सीटां जिहड़ियां ने उह भाजपा दी झोली च पैण। इस मैनीफेस्टो, इस मुद्दे दे नाल, इस जित दे मुद्दे दे नाल उह हिमाचल प्रदेश दे विच आउणगे। की है उह मुद्दा, की है उह गल, मिशन 50 प्लस। जी हाँ, मिशन पंजाब प्लस का टीचा हासिल करने लई भाजपा के राष्ट्रीय प्रधान अमित शाह का 5 दिन का प्रवास रहेगा। केंद्रीय वित्त मंत्री अरुण जेटली पार्टी का विजन दस्तावेज जारी करने लई 29 अक्तूबर नूं पहुंचणगे। केंद्रीय सेहत मंत्री JP नड्डा ने शिमला च दस्सिया कि प्रधानमंत्री नरेंद्र मोदी का 1 दिन का प्रोग्राम तय हो गया है ते 4 ते 5 नवंबर दीयां रैलियां दा स्थान बाद च तय होवेगा। जी हाँ, जेकर वीरभद्र की गल करिए तां आदित्यनाथ जोगी, यहां यूपी दे मुख्यमंत्री आदित्यनाथ जोगी वह भी आउणगे और सीधा सीधा निशाना कसणगे वीरभद्र ते, वीरभद्र नूं घेरणगे। यूपी दे मुख्यमंत्री योगी आदित्यनाथ 29 तों 30 अक्तूबर नूं पहुंचणगे। 29 अक्तूबर नूं रेणुका जी दा 11:30 बजे, 1:15 बजे अर्की च, दोपहर 3 बजे हरोली सीट तहत आउण वाले कांगड़ा च रैलियां नूं संबोधन करनगे। जी हाँ, रुक करते हैं अगली खबर वाल। अगली खबर पंजाबी जागरण ने जो छापी है, जिवें कि पहली खबर दे विच उन्होंने दस्सिया कि हिमाचल दे विधानसभा इलैक्शन दे विच जिथे कि भाजपा पुरजोर जोर लगा रही है नरेंद्र मोदी दे नाल, उन्होंने पूरा केंद्रीय मंडल जिहड़ा है वह मंत्रीमंडल उत्थे पहुंच रहा है, उत्थे कांग्रेस भी घट नहीं कर रही। कांग्रेस की सोनिया गांधी, जी हाँ, कांग्रेस की प्रधान सोनिया गांधी की गल करिए तां उह भी हिमाचली दौरे के उपर आ रही है। इस खबर नूं जिहड़ा है वह पंजाबी जागरण ने अपने दूसरे सफे के उपर बहुत सुंदर तरीके दे नाल छापिया। की खबर है मैं थोड़े नाल साझा करता जावां। जी हाँ, विधानसभा चोणां नामजदगी वापसी तो बाद स्थिति स्पष्ट होने प्रचारकां दे प्रोग्राम तय होने लगे हैं। कांग्रेस की राष्ट्रीय प्रधान सोनिया गांधी 4 नवंबर नूं सोलन दे सिरमौर जिले च एक थां रैली करनगे। उस दिन प्रधान मंत्री नरेंद्र मोदी भी हिमाचल च होणगे। जी हाँ, बहुत वड्डी खबर है, जिस दिन प्रधानमंत्री नरेंद्र मोदी हिमाचल दे विच हिमाचल दी जनता, हिमाचल दे आवाम नूं संबोधन करनगे, ठीक उसे दिन कांग्रेस दी प्रधान सोनिया गांधी भी उसे दिन ही हिमाचल दी जनता नूं, अपनी पार्टी नूं वोट दवाउण दे लई लोकां नूं जिहड़ी है संबोधन करदे हुए नजर आणगे। बहुत वड्डी खबर जिहड़ी है उह पंजाबी जागरण ने अपने दूसरे सफे दे उपर जिहड़ी है उह छापी है। जी हाँ, देवभूमि च दोवें इक्को ही दिन एक दूजे ते जबरदस्त सियासी तीर चलाउणगे। कांग्रेस मीत प्रधान राहुल गांधी 6 नवंबर नूं ऊना दे चंबा च रैलियां करनगे। कांग्रेस दी हिमाचल सह इंचार्ज ते AICC दी सकत्तर रणजीत रंजन यादव ने कहा कि सोनिया गांधी प्रधानमंत्री नरेंद्र मोदी दियां रैलियां दे असर नूं बेअसर कर देणगे। सो आने वाला समय ही दसेगा भी किस दी रैली कामयाब हुंदी है और वोटर किस दी कहण दे उपर कैंडीडेट नूं वोट पांदे ने, इह ते आने वाला समय ही दसेगा।
ਸੋ ਇਸ ਦਿਨ ਵੱਖ ਵੱਖ ਅਖਬਾਰਾਂ ਦੀਆਂ ਵੱਖ ਵੱਖ ਤਾਜ਼ੀਆਂ ਖਬਰਾਂ। ਜੀ ਹਾਂ, ਇਹ ਤਾਜ਼ੀਆਂ ਖਬਰਾਂ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਸਾਨੂੰ ਦੱਸਣਾ ਬਿਲਕੁਲ ਨਾ ਭੁੱਲਣਾ। ਤੁਹਾਨੂੰ ਇਹ ਸਾਡਾ ਸ਼ੋਅ ਗੁੱਡ ਮਾਰਨਿੰਗ ਆਪਣਾ ਵਿਰਸਾ ਕਿਸ ਤਰ੍ਹਾਂ ਦਾ ਲੱਗਦਾ ਹੈ ਸਾਨੂੰ ਦੱਸਣਾ ਜ਼ਰੂਰ ਭੁੱਲੋ। ਤੁਹਾਡੀ ਫੀਡਬੈਕ ਦਾ ਸਾਨੂੰ ਹਮੇਸ਼ਾ ਹਮੇਸ਼ਾ ਇੰਤਜ਼ਾਰ ਰਹੇਗਾ। ਸੋ ਹੁਣ ਆਪਣੇ ਹੋਸਟ ਅਤੇ ਦੋਸਤ ਸਤਿੰਦਰ ਸਿੰਘ ਨੂੰ ਦਿਓ ਇਜਾਜ਼ਤ ਕੱਲ੍ਹ ਫਿਰ ਤੋਂ ਵੱਖ ਵੱਖ ਅਖਬਾਰਾਂ ਦੀ ਵੱਖ ਵੱਖ ਤਾਜ਼ੀਆਂ ਖਬਰਾਂ ਲੈ ਕੇ ਤੁਹਾਡੇ ਦੁਬਾਰਾ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਦਿਓ ਇਜਾਜ਼ਤ, ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਈਏ ਜੀ। ਸਤਿ ਸ਼੍ਰੀ ਅਕਾਲ। ਗੁਰੂਆਂ ਦੀ ਬਾਣੀ ਤੇ ਪੰਜ ਦਰਿਆਵਾਂ ਦਾ ਪਾਣੀ, ਨੱਚਦੇ ਗਾਉਂਦੇ ਗੱਭਰੂ ਤੇ ਮੁਟਿਆਰਾਂ, ਲਹਿਲਹਾਉਂਦੀਆਂ ਫਸਲਾਂ, ਵਿਸਾਖੀ ਤੇ ਲੋਹੜੀ ਦੇ ਤਿਉਹਾਰ ਤੇ ਤੀਆਂ ਤੇ ਮੁਟਿਆਰਾਂ ਦਾ ਜੁੜਨਾ, ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ, ਫੁਲਕਾਰੀ ਦਾ ਚਾਨਣ ਤੇ ਚਰਖੇ ਦੀ ਤੰਦ ਯਾਦ ਦਿਲਾਉਂਦੀ ਹੈ ਸਾਨੂੰ ਸਾਡੇ ਅਮੀਰ ਵਿਰਸੇ ਦੀ। ਤੇ ਇਸੇ ਵਿਰਸੇ ਨੂੰ ਤੁਹਾਡੇ ਲਈ ਲੈ ਕੇ ਆ ਰਿਹਾ ਤੁਹਾਡਾ ਆਪਣਾ ਡਿਜੀਟਲ ਚੈਨਲ ਆਪਣਾ ਵਿਰਸਾ। ਦੇਖਣਾ ਨਾ ਭੁੱਲੋ ਆਪਣੇ ਐਂਡਰਾਇਡ ਅਤੇ ਐਪਲ ਫੋਨ 'ਤੇ ਤੁਹਾਡਾ ਆਪਣਾ ਚੈਨਲ ਆਪਣਾ ਵਿਰਸਾ।